ਜਿਹੜਾ ਪਰਚਾ ਦੇਣਾ ਦੇ ਬੈਠੇ ਇਹ ਕੋਈ ਤਰੀਕਾ ਮਾਮਾ ਲੱਗਦਾ ਬਾਹਰ ਭੇਜਣ ਦਾ ਮਾਰਦੇ ਜਿੱਦਾਂ ਨਵੇਂ ਡੀਸੀ ਆ ਗਿਆ ਇੱਥੇ ਮੇਰਾ ਖਿਆਲ 75 ਸਾਲਾਂ ਚ ਜਿਹੜੀ ਗਵਰਨਮੈਂਟ ਬਦਲਾਵ ਦੇ ਨਾਰੇ ਤੇ ਆਈ ਸੀ ਕਿ ਅਸੀਂ ਚੰਗੀਆਂ ਪ੍ਰੈਕਟਿਸਿਸ ਪਾਰਲੀਮੈਂਟ ਇੱਥੇ ਪੰਜਾਬ ਵਿੱਚ ਲੈ ਕੇ ਆਵਾਂਗੇ, ਮੈਂ ਸਮਝਦਾ ਕਿ ਸਾਰਿਆਂ ਨੂੰ ਵੱਧ ਜੇ ਗਦਰ ਕਿਸੇ ਗਵਰਨਮੈਂਟ 'ਚ ਮਚਿਆ ਤਾਂ ਉਹ ਇਸ ਪ੍ਰੈਜ਼ੈਂਟ ਸਰਕਾਰ 'ਚ ਮਚਿਆ। ਡੈਮੋਕਰੇਸੀ ਨੂੰ, ਲੋਕ ਰਾਜ ਨੂੰ ਜਿਹੜਾ ਸਾਰਿਆਂ ਨੂੰ ਮੁੱਢਲਾ ਉਹਦੇ ਵਿੱਚ ਕੇਂਦਰ ਹੈ ਉਹ ਹੈ ਪੰਚਾਇਤ ਦੀਆਂ ਇਲੈਕਸ਼ਨ। 70% ਪੰਜਾਬ ਪਿੰਡਾਂ ਵਿੱਚ ਵੱਸਦਾ। ਮੈਂ ਸਮਝਦਾ ਭਗਵੰਤ ਮਾਨ ਨੇ ਅਤੇ ਇਹਦੀ ਟੀਮ ਨੇ ਵੱਡਾ ਇੱਕ ਪਾਪ ਕੀਤਾ, ਬਹੁਤ ਵੱਡਾ ਮੈਂ ਪਾਪ ਗਿਣਨਾ ਇਸ ਗੱਲ ਨੂੰ ਕਿ ਤੁਸੀਂ ਪਹਿਲੀ ਗੱਲ ਤਾਂ ਇਲੈਕਸ਼ਨ ਕਰਾਉਣ ਦਾ ਤੁਹਾਡਾ ਮਤਲਬ ਹੀ ਹੈ ਨਹੀਂ ਸੀ, ਕਹਿਣ ਦਾ ਮਤਲਬ ਕਿ ਤੁਹਾਡੀ ਆਪਣੀ ਨੀਯਤ ਹੈ ਨਹੀਂ, ਸੋਰੀ, ਕਹਿਣ ਦਾ ਮਤਲਬ ਸੀ ਕਿ ਤੁਹਾਡੀ ਨੀਯਤ ਹੈ ਨਹੀਂ ਸੀ, ਓਨਰੇਬਲ ਹਾਈਕੋਰਟ ਦੀ ਡਾਇਰੈਕਸ਼ਨਸ 'ਤੇ ਤੁਹਾਨੂੰ ਇਹ ਮਜਬੂਰੀ ਨਾਲ ਕਰਾਉਣੀਆਂ ਪਈ। ਫਿਰ ਫਲੋਰ ਆਫ ਦੀ ਹਾਊਸ 'ਤੇ ਜਦੋਂ ਸੈਸ਼ਨ ਚੱਲ ਰਿਹਾ ਸੀ ਤਾਂ ਤ੍ਰਿਪੁਰ ਰਜਿੰਦਰ ਸਿੰਘ ਬਾਜਵਾ ਜੀ ਨੇ ਉੱਠ ਕੇ ਬਕਾਇਦਾਤਰ ਭਗਵੰਤ ਮਾਨ ਨੂੰ ਇਹ ਸਵਾਲ ਕੀਤਾ, ਮਾਨ ਸਾਹਿਬ ਪੰਚਾਇਤ ਦੀਆਂ ਇਲੈਕਸ਼ਨਾਂ ਤੁਸੀਂ ਕਰਨ ਲੱਗੇ ਹੋ, ਕੀ ਅਸੀਂ ਆਸ ਰੱਖੀਏ ਕਿ ਲੋਕਾਂ ਨੂੰ ਤੁਸੀਂ ਇਲੈਕਸ਼ਨ ਲੜਨ ਦਿਓਗੇ ਫਰੀ ਐਂਡ ਫੇਅਰ? ਉੱਥੇ ਭਗਵੰਤ ਮਾਨ ਨੇ ਅਸ਼ੋਰੈਂਸ ਦਿੱਤੀ ਫਲੋਰ 'ਤੇ ਕਿ ਤੁਸੀਂ ਬਿਲਕੁਲ ਫਿਕਰ ਨਾ ਕਰੋ, ਕਿਸੇ ਨੂੰ ਵੀ ਰੋਕਿਆ ਨਹੀਂ ਜਾਏਗਾ। ਤੋ ਮੈਨੂੰ ਅੱਜ ਰੰਧਾਵਾ ਸਾਹਿਬ ਸਾਡੇ ਨਾਲ ਨੇ, ਮੈਂਬਰ ਆਫ ਪਾਰਲੀਮੈਂਟ ਸਾਡੇ, ਬਾਜਵਾ ਸਾਹਿਬ ਨਾਲ ਨੇ ਜਿਹੜੇ ਪੰਚਾਇਤ ਦੇ ਖੁਦ ਮਿਨਿਸਟਰ ਰਹੇ ਨੇ 5 ਸਾਲ, ਪੜਾ ਜੀ ਸਾਡੇ ਨਾਲ ਨੇ ਜਿਹੜੇ ਸਾਡੇ MLA ਨੇ ਗੁਰਦਾਸਪੁਰ ਦੇ, ਸਾਨੂੰ ਬਹੁਤ ਅਫਸੋਸ ਨਾਲ ਕਹਿਣਾ ਪਿਆ, 2 ਦਿਨ ਹੋ ਗਏ ਨੇ ਸਾਰੇ MLAs ਨੂੰ ਆਪਣੇ ਆਪਣੇ ਹਲਕਿਆਂ ਦੇ ਵਿੱਚ ਬੂਥ ਉੱਥੇ ਬਲੋਕਸ 'ਤੇ ਜਾਣ 'ਤੇ। ਪਹਿਲੀ ਗੱਲ ਤਾਂ ਮਜੋਰਿਟੀ ਸੈਕਟਰੀ ਜਿਹੜਾ ਮੈਂ ਸਮਝਦਾ ਜੂਨੀਅਰ ਮੋਸਟ ਆਫਿਸਰ, ਉਹ ਬੰਦਾ ਅਵੇਲੇਬਲ ਹੀ ਕੋਈ ਨਹੀਂ ਹੋ ਰਿਹਾ, ਟੈਲੀਫੋਨ ਔਫ ਕਰਤੇ ਨੇ। ਜਦੋਂ ਕਿਤੇ ਗਲਤੀ ਨਾਲ ਕੋਈ ਮਿਲ ਜਾਂਦਾ ਉਹ ਦੱਸ ਦਿੰਦੇ ਕਿ ਜੀ ਸਾਡੇ 'ਤੇ ਇੰਨਾ ਜ਼ਿਆਦਾ ਪ੍ਰੈਸ਼ਰ ਹੈ BDPOs ਦਾ, BDPO ਕਹਿ ਦਿੰਦਾ ਮੇਰੇ 'ਤੇ DDPO ਦਾ, DDPO ਨੂੰ ਪੁੱਛੀਦਾ ਉਹ ਕਹਿੰਦਾ ਮੇਰੇ ਕੋਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ। ਹੁਣ ਵੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਕੋ ਹੋ ਕੇ ਆਏ, 2 ਘੰਟੇ ਬੈਠ ਕੇ ਆਏ, ਕੋਈ ਕਿਸੇ ਕਿਸਮ ਦੀ ਅਸ਼ੋਰੈਂਸ ਜਿਹੜੀ ਹੈ, ਲਿਪ ਸਰਵਿਸ ਜ਼ਰੂਰ ਹੈ ਜ਼ੁਬਾਨੀ ਕਿ ਬਿਲਕੁਲ ਜੀ ਤੁਸੀਂ ਫਿਕਰ ਹੀ ਨਾ ਕਰੋ ਜੀ, ਕੰਪਲੀਟ ਦਿਨ ਵੇਸਟ ਕਰ ਦਿੱਤੇ ਗਏ। ਅੱਜ ਦਾ ਦਿਨ 2 ਵੱਜ ਗਏ ਨੇ, ਆਲਮੋਸਟ ਦਿਨ ਇਹ ਟੱਪ ਗਿਆ ਅਤੇ 2 ਛੁੱਟੀਆਂ ਨੇ, ਤਾਂ ਹੁਣ ਇਕੱਲੀ 4 ਤਰੀਕ। ਤੋ ਮੈਂ ਸਮਝਦਾ ਸਾਡੀ ਜੋ ਸਾਨੂੰ ਨਜ਼ਰ ਆਉਂਦਾ ਪੋਲੀਟੀਕਲ ਤਜਰਬੇ ਤੋਂ ਕਿ ਇਹਨਾਂ ਦੀ ਨੀਅਤ, ਕਿਉਂਕਿ ਆਪ ਦੀ ਆਪਣੀ ਗਰਾਊਂਡ ਥੱਲੋਂ ਖਿਸਕ ਚੁੱਕੀ ਹੈ, ਇਹਨਾਂ ਵੱਲੋਂ ਕੋਈ ਬੰਦੇ ਇਲੈਕਸ਼ਨ ਵੀ ਨਹੀਂ ਲੜਨਾ ਚਾਹੁੰਦੇ। ਨਹੀਂ ਤਾਂ ਹਮੇਸ਼ਾ ਸਰਕਾਰਾਂ ਦਾ ਇੰਨਾ ਪ੍ਰਭਾਵ ਹੁੰਦਾ ਕਿ ਓਪੋਜੀਸ਼ਨ ਨੂੰ ਕੈਂਡੀਡੇਟ ਲੱਭਣੇ ਮੁਸ਼ਕਿਲ ਹੁੰਦੇ ਨੇ। ਇੱਥੇ ਸਾਡੇ ਕੋਲ ਕੈਂਡੀਡੇਟ 1-1 ਪਿੰਡ 'ਚੋਂ 2-2, 3-3 ਨੇ, ਇਹਨਾਂ ਕੋਲ ਬੰਦਾ ਕੋਈ ਨਹੀਂ। ਇਹਨਾਂ ਦੇ MLA, ਮੇਰੀ ਇਹ ਵੀ ਗੱਲ ਇੱਕ ਚੰਗੀ ਤਰ੍ਹਾਂ ਸੁਣ ਲਓ, ਪਹਿਲੀ ਗੱਲ ਤਾਂ ਇਹਨਾਂ ਦੇ MLA ਕੋਈ 1 ਅੱਧਾ, 1 MLA ਇਹਨਾਂ ਦਾ ਇਹੋ ਜਿਹਾ ਜਿਹਨੇ 5-7 ਸੈਕਟਰੀ ਪਿਛਲੇ 4 ਦਿਨਾਂ ਦੇ ਘਰ ਹੀ ਸੁਆਏ ਨੇ, ਉਹਨਾਂ ਨੂੰ ਬਕਾਇਦਾ ਤੌਰ ਜਿਸ ਤਰ੍ਹਾਂ ਚੁੱਕ ਕੇ ਕਿਸੇ ਨੂੰ ਆਪਣੀ ਹਿਫਾਜ਼ਤ 'ਚ ਰੱਖ ਲਈ। ਬਾਕੀਆਂ ਨੇ ਦੁਕਾਨ ਖੋਲ ਲਈ, ਇਹ ਮੇਰਾ ਓਪਨ ਚਾਰਜ ਹੈ, ਕਰੋੜਾਂ ਰੁਪਈਏ ਚੇਂਜ ਦੇ ਆ ਚੇਂਜਿੰਗ ਹੈਂਡਸ। ਪਹਿਲੇ ਤਾਂ ਜਿੱਥੇ ਰੈਜ਼ਰਵੇਸ਼ਨਾਂ ਹੋਈਆਂ ਉਹਨਾਂ ਕੋਲ ਪੈਸੇ ਲੈ ਗਏ ਨੇ, ਮੈਂ ਸਾਰੇ ਅਸੈਂਬਲੀ ਹਲਕੇ ਗੁਰਦਾਸਪੁਰ ਦੀ ਗੱਲ ਕਰ ਰਿਹਾ, ਕੋਈ 1 ਨੂੰ ਨਹੀਂ ਛੱਡ ਰਿਹਾ, ਰੈਜ਼ਰਵੇਸ਼ਨ ਕਰਨ ਦੇ ਪੈਸੇ, ਫਿਰ ਰੈਜ਼ਰਵੇਸ਼ਨ ਰੋਕਣ ਦੇ ਪੈਸੇ, 3-3 ਬੰਦਿਆਂ ਕੋਲ 1-1 ਪਿੰਡ ਦੇ ਵਿੱਚ ਜਿਹੜੇ ਇਹਨਾਂ ਦੇ ਹਾਰੇ ਅਤੇ ਜਿੱਤੇ ਨੇ, ਜਿੱਤਿਆ ਤਾਂ ਕੋਈ 1-1 ਹੀ ਹੈ, ਬਟ ਜਿੱਥੇ ਵੀ ਕਿਤੇ ਕੋਈ ਜਿੱਤਿਆ ਵੀ ਹੈ ਇਹਨਾਂ ਨੇ ਦੁਕਾਨ ਖੋਲ੍ਹੀ। ਮੈਂ ਸਮਝਣਾ ਇਹਦੇ ਨਾਲੋਂ ਚੰਗਾ ਸੀਜ਼ਨ ਇਹਨਾਂ ਵਾਸਤੇ ਹੋਰ ਕੋਈ ਨਹੀਂ।
ਨਹੀਂ, ਡੀਸੀ ਸਾਹਿਬ ਤਾਂ ਇੱਥੇ ਹੀ ਸਨ, ਡੀਸੀ ਸਾਹਿਬ ਗਾਇਬ ਨਹੀਂ ਹੋਏ, ਪਰ ਡੀਸੀ ਸਾਹਿਬ ਦੀ ਜਿਹੜੀ ਇੱਕ ਅਥਾਰਿਟੀ ਹੁੰਦੀ ਉਹ ਗਾਇਬ ਸੀ, ਜਿਸ ਅਥਾਰਿਟੀ ਨਾਲ ਡਿਪਟੀ ਕਮਿਸ਼ਨਰ ਆਰਡਰਸ ਕਰਦਾ। ਹੁਣ ਡਿਪਟੀ ਕਮਿਸ਼ਨਰ ਦੋ ਦਿਨ ਹੋ ਗਏ ਨੇ ਰੰਧਾਵਾ ਸਾਹਿਬ ਨੂੰ ਮੈਂਬਰ ਆਫ ਪਾਰਲੀਮੈਂਟ ਨੂੰ, ਤੁਹਾਡੇ ਦਾਸ ਨੂੰ ਜਿਹੜਾ CLP ਦਾ ਲੀਡਰ ਹੈ, ਬਾਜਵਾ ਸਾਹਿਬ ਨੂੰ, ਸਤਿਪੁਰ ਰਜਿੰਦਰ ਸਿੰਘ ਹੋਣਾ ਨੂੰ ਅਤੇ ਪਾੜਾ ਸਾਹਿਬ ਨੂੰ ਦੋ ਦਿਨ ਹੋ ਗਏ ਨੇ, ਇਹਨਾਂ ਦੇ ਕਹਿਣ 'ਤੇ ਸੈਕਟਰੀ ਨਹੀਂ ਅਜੇ ਦਫ਼ਤਰਾਂ 'ਚ ਬਹਿ ਰਹੇ, ਅਤੇ ਕੀ ਪੰਜਾਬ ਦੇ ਲੋਕ ਆਸ ਉਮੀਦ ਕੋਈ ਕਰ ਸਕਦੇ? ਐਂਡ ਅਨਫੋਰਚੁਨੇਟਲੀ ਦੂਜੇ ਪਾਸੇ ਵੇਖੋ, ਇੱਕ ਇਹਨਾਂ ਦਾ ਜੈਤੋ ਦਾ MLA ਜਿਹਨੇ ਸਟੇਜ ਤੋਂ ਗੱਲ ਕਹੀ ਹੈ ਕਿ ਮੈਂ ਜਿਹਨੂੰ ਐਲਾਨ ਕਰੂੰਗਾ ਬਾਕੀਆਂ ਨੂੰ ਬਹੁਤ ਫੜ ਫੜ ਦਫ਼ਤਰਾਂ 'ਚੋਂ ਬਾਹਰ ਸੁੱਟਾਂਗੇ, ਅਤੇ ਅੱਜ ਹਰਪਾਲ ਚੀਮੇ ਦੀ ਲੀਡਰਸ਼ਿਪ ਦੇ ਥੱਲੇ 5-4 ਬੰਦਿਆਂ ਦਾ ਵਫ਼ਦ 12:30 ਇਲੈਕਸ਼ਨ ਕਮਿਸ਼ਨ ਨੂੰ ਉੱਥੇ ਮਿਲਣ ਗਿਆ ਸੀ ਕਿ ਓਪੋਜੀਸ਼ਨ ਦੇ ਵਿੱਚੋਂ ਮਦਾਖਲਤ ਹੋ ਰਹੀ। ਤੁਸੀਂ ਵੇਖੋ, ਉਹਦਾ ਮਤਲਬ ਇਹ ਹੈ ਕਿ ਕਿਸੇ ਨੂੰ ਸੇਫਗਾਰਡ ਕਰਨ ਵਾਸਤੇ, ਦੱਸਣ ਵਾਸਤੇ ਕਿ ਇੱਕ ਜਿਹੜਾ ਦਫ਼ਤਰ ਹੈ ਕੱਲ੍ਹ ਨੂੰ ਜਿਹਦੇ 'ਤੇ ਚਾਰਜਸ ਲੱਗਣੇ ਨੇ ਕਿ ਪੰਜਾਬ ਦੀਆਂ ਫਜਡ ਇਲੈਕਸ਼ਨਸ, ਬਕਾਇਦਾ ਤੌਰ ਫਜ ਕੀਤੀਆਂ ਹੋਈਆਂ ਪੰਚਾਇਤ ਦੀਆਂ ਇਲੈਕਸ਼ਨਸ ਨੂੰ, ਕਿ ਇਹ ਓਪੋਜੀਸ਼ਨ ਨੇ ਜੋ ਚਾਰ ਲਾਣਾ, ਅਸੀਂ ਗੱਲ ਕਹੀਏ ਕਿ ਅਸੀਂ ਤਾਂ ਵੇਖੋ ਜੀ ਓਪੋਜੀਸ਼ਨ ਧੱਕਾ ਕਰ, ਕਦੀ ਓਪੋਜੀਸ਼ਨ ਵੀ ਧੱਕਾ ਕਰ ਸਕਦੀ? ਅਸੀਂ ਤਾਂ ਫਰਿਆਦ ਲੈ ਕੇ ਆਏ ਹਾਂ, ਕੋਈ ਫਰਿਆਦ ਸੁਣਨ ਵਾਲਾ ਬੰਦਾ ਹੈ ਨਹੀਂ। ਸੋ ਪੰਜਾਬ ਦੇ ਲੋਕਾਂ ਨੂੰ ਅਸੀਂ ਅਪੀਲ ਕਰਨੀ ਹੈ ਕਿ ਤੁਹਾਡੇ ਸਾਹਮਣੇ ਹੈ, ਇਹਨਾਂ ਨੇ ਜੋ ਜੋ ਕਿਹਾ ਹਮੇਸ਼ਾ ਫਰੋਡ ਕੀਤਾ, ਝੂਠ ਬੋਲਿਆ। ਜੇ ਪੰਚਾਇਤਾਂ ਜੇ ਕਰਨਗੇ ਤਾਂ ਅੱਗੇ ਮਿਊਂਸਪੈਲਟੀਆਂ ਅਤੇ ਕਾਰਪੋਰੇਸ਼ਨਾਂ 'ਚ ਕੀ ਤੁਸੀਂ ਆਸ ਉਮੀਦ ਇਹਨਾਂ ਤੋਂ ਕਰ ਸਕਦੇ? ਸੋ ਸਾਨੂੰ ਕੋਈ ਆਸ ਨਾ ਉਮੀਦ ਭਗਵੰਤ 'ਤੇ ਹੈ, ਨਾ ਇਹਦੀ ਸਰਕਾਰ 'ਤੇ ਹੈ, ਨਾ ਇਹਨਾਂ ਦੀ ਐਡਮਿਨਿਸਟ੍ਰੇਸ਼ਨ 'ਤੇ ਹੈ। ਅਸੀਂ ਲੱਗਦਾ ਨਹੀਂ ਅਫਸਰਾਂ ਨਤੀਜੇ ਭੁਗਤਣੇ ਪੈਣਗੇ ਸਰਕਾਰਾਂ 'ਤੇ, ਚਲੋ ਜਦੋਂ ਬਦਲਣਗੇ ਉਦੋਂ ਤਾਂ ਭੁਗਤਣੇ ਪੈਣਗੇ ਹੀ, ਉਹ ਤਾਂ ਕੋਈ ਦੋ ਰਾਏ ਨਹੀਂ ਜੀ। ਹਾਂਜੀ।